हां तो प्यारे बच्चे सारे अनु प्यार भरी सस्का हाल हां बेटा नवोदय दाखला परीक्षा तैयारीधीन हम मॉक टेस्ट आर 528 ਦੇ 64 ਨੰਬਰ ਸਵਾਲ ਤੇ ਆ ਗਏ ਬੇਟਾ ਪੰਜਾਬੀ ਵਾਲਾ ਪੋਰਸ਼ਨ ਹੈ ਸੈਕਿੰਡ ਪੈਰਾ ਚੱਲ ਰਿਹਾ ਤਾਂ ਅਸੀਂ ਪੈਰੇ ਨੂੰ ਧਿਆਨ ਨਾਲ ਪੜਾਂਗੇ ਫਿਰ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਯੂਰੀ ਗਾਗਰਨ ਬੇਟਾ ਸੋਵੀਅਤ ਜਹਾਜ਼ ਚਾਲਕ ਅਤੇ ਪਲਾੜ ਯਾਤਰੀ ਸੀ ਬੇਟਾ ਰਸ਼ੀਆ ਦਾ ਜਿਹੜਾ ਯੂਰੀ ਗਾਗਰੀਨ ਸੀਗਾ ਇਨਸਾਨ ਜਿਹੜਾ ਕਿ ਪੁਲਾੜ ਦੇ ਵਿੱਚ ਗਿਆ ਸੀ ਠੀਕ ਹੈ ਕਿੰਦਾ 12 April 1961 ਨੂੰ ਉਸਨੇ ਇੱਕ ਨਵੇਂ ਇਤਿਹਾਸ ਦੀ ਰਚਨਾ ਕੀਤੀ ਠੀਕ ਹੈ ਬੇਟਾ ਪੁਲਾੜ ਬਾਰੇ ਮੇਰਾ ਖਿਆਲ ਅਕਸਰ ਆਪਾਂ ਗੱਲ ਕਰਦੇ ਹੁੰਨੇ ਆ ਹਨਾ ਪੁਲਾੜ ਉਹੋ ਚੀਜ਼ ਹੈ ਜਿੱਥੇ ਧਰਤੀ ਦੇ ਆਲੇ-ਦੁਆਲੇ ਹਵਾ ਦਾ ਗਲਾਫ ਆ ਜਦੋਂ ਬੇਟਾ ਅਸੀਂ ਧਰਤੀ ਦੇ ਉਪਰਤੀ ਤੋਂ ਉੱਪਰ ਉੱਠਦੇ ਆ ਹਵਾ ਦੇ ਗਲਾਫ ਤੋਂ ਵੀ ਉੱਪਰ ਚਲੇ ਜਾਂਦੇ ਜਿੱਥੇ ਹਵਾ ਵੀ ਹੈ ਨਹੀਂ ਉਹਨੂੰ ਪੁਲਾੜ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਤਾਂ ਗਿੰਦ ਉਹ ਆਪਣੇ ਯਾਨ ਬੋਸਤੋਕ ਵਿੱਚ ਬੈਠ ਕੇ ਬਾਹਰੀ ਪੁਲਾੜ ਵਿੱਚ ਧਰਤੀ ਦੀ ਪ੍ਰਕਰਮਾ ਕਰਨ ਵਾਲਾ ਮਨੁੱਖ ਬਣਿਆ ਠੀਕ ਹੈ ਤਾਂ ਪੁਲਾੜ ਦੇ ਜਹਾਜ਼ ਪੁਲਾੜ ਦੇ ਵਿੱਚ ਬੇਟਾ ਜਾ ਕੇ ਉਹਨੇ ਧਰਤੀ ਦੀ ਪਰਕਰਮਾ ਕੀਤੀ ਆਪਣੇ ਬੋਸ ਤੋਂ ਕਿ ਯਾਨ ਦੇ ਨਾਲ ਠੀਕ ਹੈ ਰਾਕਟ ਕਹਿ ਸਕਦੇ ਆਪਾਂ ਉਹਨੂੰ ਠੀਕ ਹੈ ਤਾਂ ਇਹ ਪੁਲਾੜ ਮਹਿਮ ਲਈ 3000 ਲੋਕ ਪੇਸ਼ ਸਨ 3000 ਲੋਕ ਆਏ ਸੀ ਉਹਨਾਂ ਦੇ ਕੋਲੇ ਇਸ ਵੱਡੀ ਗਿਣਤੀ ਵਿੱਚੋਂ ਸਿਰਫ 20 ਚੁਣੇਗੇ ਉਹਨਾਂ ਦੇ ਵਿੱਚੋਂ ਬੇਟਾ 20 ਲੋਕਾਂ ਨੂੰ ਚੁਣਿਆ ਉਹਨਾਂ ਨੇ ਯੂਰੀ ਉਹਨਾਂ ਵਿੱਚੋਂ ਇੱਕ ਸੀ ਯੂਰੀ ਗਾਗਰਨ ਉਹਨਾਂ 20 ਵਿੱਚੋਂ ਇੱਕ ਸੀ ਉਸ ਦੇ ਬਾਅਦ ਉਹ ਸਖਤ ਸਰੀਰਕ ਅਤੇ ਮਾਨਸਿਕ ਪ੍ਰੀਖਣਾਂ ਵਿੱਚੋਂ ਗੁਜ਼ਰਿਆ ਤਵੇ ਤਾਂ ਉਹਨਾਂ ਦੀ ਫਿਰ ਉਹ ਟੈਸਟਿੰਗ ਕੀਤੀ ਗਈ ਉਹਨਾਂ ਨੇ ਸਹੀ ਬੰਦਾ ਉੱਪਰ ਭੇਜਣਾ ਸੀ ਠੀਕ ਹੈ ਤੇ ਕਈ ਤਰ੍ਹਾਂ ਦੇ ਪ੍ਰੀਖਣਾਂ ਵਿੱਚੋਂ ਦੀ ਗੁਜ਼ਰਿਆ ਅਖੀਰ ਉਹਨਾਂ ਸਾਰਿਆਂ ਵਿੱਚੋਂ ਅੱਗੇ ਨਿਕਲ ਗਿਆ ਤਾਂ ਉਹਨਾਂ 20 ਵਿੱਚੋਂ ਵੀ ਉਹ ਸਭ ਤੋਂ ਅੱਗੇ ਨਿਕਲ ਗਿਆ ਅਤੇ ਚੁਣਿਆ ਗਿਆ ਫਿਰ ਉਹਨੂੰ ਬੇਟਾ ਪੁਲਾੜ ਚ ਭੇਜਣ ਦੇ ਲਈ ਚੁਣ ਲਿਆ ਗਿਆ ਪੁਲਾੜ ਵਿੱਚ ਆਪਣੀ ਪਹਿਲੀ ਉਡਾਨ ਦੇ ਬਾਅਦ ਗਾਗ੍ਰੇਨ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਅਕਤੀ ਬਣ ਗਿਆ ਅਤੇ ਉਸ ਨੂੰ ਅਨੇਕ ਮੈਡਲ ਅਤੇ ਉਪਾਦੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਸੀ ਹੀਰੋ ਆਫ ਦਾ ਸੋਵੀਅਤ ਯੂਨੀਅਨ ਜੋ ਰਾਸ਼ਟਰ ਦਾ ਸਰਵ ਉੱਚ ਸਨਮਾਨ ਸੀ ਠੀਕ ਹੈ ਬੇਟਾ ਤਾਂ ਇਹ ਬੇਟਾ ਯੂਰੀ ਗਾਗਰੀਨ ਦੇ ਬਾਰੇ ਹੈਗਾ ਪੈਰਾ ਵੀ ਰਸ਼ੀਆ ਨੇ ਸਭ ਤੋਂ ਪਹਿਲਾਂ ਪਲਾਟ ਦੇ ਵਿੱਚ ਭੇਜਿਆ ਸੀਗਾ ਠੀਕ ਤਾਂ ਅੱਗੇ ਬੇਟਾ ਯੂਰੀ ਗਾਗਰੀਨ ਪ੍ਰਸਿੱਧ ਹੈ ਯੂਰੀ ਗਾਗਰੀਨ ਕਿਹਦੇ ਲਈ ਪ੍ਰਸਿੱਧ ਹੈ ਧਰਤੀ ਤੋਂ ਪਲਾਟ ਦੀ ਯਾਤਰਾ ਕਰਨ ਵਾਲਾ ਇਨਸਾਨ ਧਰਤੀ ਦੀ ਪਰਿਕਰਮਾ ਕਰਨ ਵਾਲਾ ਪਹਿਲਾ ਆਦਮੀ ਪਲਾਣ ਵਿੱਚ ਹਵਾਈ ਜਾਂ ਚਲਾਉਣ ਕਾਰਨ ਪਲਾਣ ਵਿੱਚ ਸਫਲਤਾ ਨਾਲ ਉਤਰਨ ਕਾਰਨ ਤੇ ਬੇਟਾ ਅਸਲ ਵਿੱਚ ਉਹ ਧਰਤੀ ਦੀ ਪ੍ਰਕਰਮਾ ਪਲਾਣ ਵਿੱਚ ਧਰਤੀ ਦੀ ਪ੍ਰਕਰਮਾ ਕਰਨ ਵਾਲਾ ਪਹਿਲਾ ਆਦਮੀ ਜਿਹੜਾ ਉਹ ਬਣਿਆ ਸੀ ਇਸ ਕਰਕੇ ਯੂਰੀ ਗਾਗਰਿਨ ਜਿਹੜਾ ਉਹ ਪ੍ਰਸਿੱਧ ਹੈਗਾ ਪਲਾਣ ਦੇ ਵਿੱਚ ਗਿਆ ਸੀ ਉਹ ਪਹਿਲੀ ਵਾਰੀ ਠੀਕ ਹੈ ਤਾਂ B1 ਸਾਡਾ ਰਾਈਟ ਆਨਸਰ ਹੈ B1 ਨੂੰ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਯੂਰੀ ਗਾਗ੍ਰੇਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਕਦੋਂ ਮਿਲੀ ਕਦੋਂ ਬੇਟਾ ਮਿਲੀ ਸੀ ਪਲਾੜ ਵਿੱਚ ਪਹਿਲੀ ਉਡਾਨ ਤੋਂ ਬਾਅਦ ਸੋਵੀਅਤ ਜਹਾਜ਼ ਚਾਲਕ ਬਣਨ ਕਾਰਨ 3000 ਲੋਕਾਂ ਵਿੱਚੋਂ ਚੁਣੇਗਾ ਜਾਣ ਕਰਨ ਹੀਰੋ ਆਫ ਦਾ ਸੋਵੀਅਤ ਯੂਨੀਅਨ ਸਨਮਾਨ ਮਿਲਣ ਕਰਨ ਨੂੰ ਬੇਟਾ ਉਹਨੂੰ ਪ੍ਰਸਿੱਧੀ ਪਲਾੜ ਵਿੱਚ ਪਹਿਲੀ ਉਡਾਨ ਦੇ ਬਾਅਦ ਮਿਲੀ ਪ੍ਰਸਿੱਧੀ ਇਹ ਠੀਕ ਹੈ ਤਾਂ ਏ 1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਹੈ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 68 ਨੰਬਰ ਕਹਿੰਦਾ ਯੂਰੀ ਗਾਗਰਿਨ ਦੇ ਯਾਨ ਦਾ ਕੀ ਨਾਮ ਸੀ ਬੇਸਤੋਕ ਆਰਿਆ ਪਾਰਟਿਸਿਪੇਸ਼ਨ ਲਿਨਾਂ ਵਿੱਚੋਂ ਤਾਂ ਬੇਟਾ ਆਪਾਂ ਪੜਿਆ ਹੋਇਆ ਬੇਸਤੋਕ ਉਹਦੇ ਯਾਨ ਦਾ ਨਾਮ ਸੀ ਉਹਦੇ ਰਾਕੇਟ ਦਾ ਨਾਮ ਸੀ ਜਿਹਦੇ ਰਾਹੀਂ ਉਹ ਪਲਾੜ ਦੇ ਵਿੱਚ ਗਿਆ ਸੀ e1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਯੂਰੀ ਗਾਗਰਨ ਹੈ ਭਾਵਵਾਚਕ ਨਾਮ ਵਿਸ਼ੇਸ਼ਣ ਖਾਸ ਨਾਮ ਕਿਰਿਆ ਵਿਸ਼ੇਸ਼ਣ ਤਾਂ ਬੇਟਾ ਜਦੋਂ ਕਿਸੇ ਵਸਤੂ ਵਿਅਕਤੀ ਦਾ ਨਾਮ ਸਪੈਸ਼ਲ ਨਾਮ ਲਿਆ ਜਾਂਦਾ ਹੈ ਤਾਂ ਉਹਨੂੰ ਬੇਟਾ ਅਸੀਂ ਕੀ ਕਹਿੰਦੇ ਹਾਂ ਖਾਸ ਨਾਮ ਕਹਿੰਦੇ ਹਾਂ ਠੀਕ ਹੈ ਤਾਂ ਇਸ ਕਰਕੇ ਯੂਰੀ ਗਾਗਰਨ ਜਿਹੜਾ ਉਹ ਖਾਸ ਨਾਮ ਹੈਗਾ ਹੈ ਠੀਕ ਹੈ ਤਾਂ ਇਸ ਕਰਕੇ ਬੇਟਾ ਸੀਸੀ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਉਪਾਦੀ ਸ਼ਬਦ ਦਾ ਸਮਾਨ ਅਰਥਕ ਉਪਾਦੀ ਸ਼ਬਦ ਪਰ ਦੀ ਮੈਡਲ ਪੱਕੀ ਪਾਇਲਟ ਦੀ ਡਿਗਰੀ ਤਾਂ ਉਪਾਦੀ ਦਾ हां बेटा ਤਾਂ उपाधि ਦਾ ਅਰਥ ਐਕਚੁਅਲੀ ਐਸ ਪੁਆਇੰਟ ਤੇ ਇੱਥੇ ਪਦਵੀ ਸ਼ਬਦ ਹੈ ਜਦੋਂ ਤੁਹਾਡੇ ਕੋਲੇ ਪੇਪਰ ਆਊਗਾ ਤਾਂ ਇੱਥੇ ਪਦਵੀ ਲਿਖਿਆ ਹੋਊਗਾ उपाधि ਦਾ ਅਰਥ ਹੁੰਦਾ ਪਦਵੀ ਠੀਕ ਹੈ ਤਾਂ ਉਹਨੂੰ ਜਿਹੜੇ ਹੈਗੀ ਹੈ ਕੀਵੇ ਹੀਰੋ ਆਫ ਦਾ ਸੋਵੀਅਤ ਯੂਨੀਅਨ उपाधि ਨਾਲ ਸਨਮਾਨਿਆ ਗਿਆ ਸੀਗਾ ਪਦਵੀ ਨਾਲ ਠੀਕ ਹੈ ਤਾਂ ਇਹਦਾ ਇਹਦਾ ਅਰਥ ਕੀ ਹੈਗਾ ਪਦਵੀ ਤਾਂ ਏ 1 ਸੱਟ ਦਾ ਰਾਈਟ ਆਨਸਰ ਹੈ ਇੱਥੇ ਬੇਟਾ ਇਹ ਠੀਕ ਕਰ ਦਿੱਤਾ ਜਾਊਗਾ ਉਪਾਦੀ ਦਾ ਅਰਥ ਪਦਵੀ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 70 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ